ਬੜੀ ਘੈਂਟ ਹਰਿਆਲੀ ਆ ਜੀ ਚਮਕੌਰ ਸਾਹਿਬ ਦੇ ਰਾਹਾਂ ਤੇ ਦੇਖ ਸਕਦੇ ਹੋ ਤੇ ਆਪਾਂ ਨੂੰ ਵੀਰ ਜੀ ਹੁਣੇ ਮਿਲੇ ਆ। ਵੀਰੇ ਦੀ ਪੱਗ ਬੜੀ ਘੈਂਟ ਆ, ਪੱਗ ਦਾ ਸਟਾਈਲ ਵੀਰ ਦੀ ਬੜਾ ਘੈਂਟ ਆ। ਕੀ ਨਾਮ ਵੀਰੇ ਤੁਹਾਡਾ? ਬਹਾਦਰ ਸਿੰਘ। ਬਹਾਦਰ ਸਿੰਘ ਤੁਹਾਡਾ ਵੀਰੇ ਨਾਂ ਕੀ ਆ? ਹੈਪੀ ਸਿੰਘ। ਵੀਰਾ ਇਹ ਮਾਛੀਵਾੜੇ ਤੋਂ ਖਾਸ ਹੀ ਆ ਤੇ ਵੀਰ ਨੇ ਆਪਾਂ ਨੂੰ ਵੇਖ ਕੇ ਰੋਕ ਲਿਆ, ਕਹਿੰਦਾ ਵੀਰੇ ਗੱਲਬਾਤ ਕਰਦੇ ਆ ਆਪਾਂ। ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਜੀ ਸਾਈਕਲਿੰਗ ਵਲੌਗ ਬਾਰੇ? ਹਾਂਜੀ ਬਹੁਤ ਵਧੀਆ, ਬਹੁਤ ਵਧੀਆ ਮੁਹਿੰਮ ਛੇੜੀ ਹੋਈ ਆ ਆਪਣੇ ਪੰਜਾਬੀਆਂ ਨੇ, ਇਹਦੇ ਨਾਲ ਆਪਣੇ ਧਰਮ ਦਾ ਵੀ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਹੋ ਰਿਹਾ ਹਨਾ। ਹਾਂਜੀ ਵੀਰੇ, ਤੇ ਇੱਕ ਆਪਾਂ ਨੂੰ ਇੱਕ ਮੌਕਾ ਮਿਲਿਆ ਹੋਇਆ ਹਨਾ ਦੁਨੀਆ ਘੁੰਮਣ ਦਾ। ਬਿਲਕੁਲ ਜੀ, ਆਪਾਂ ਪਹਿਲੇ ਟਰੈਵਲਰ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਟਰੈਵਲਰ ਰਹਿ ਚੁੱਕੇ ਆ ਹਨਾ। ਬਿਲਕੁਲ ਜੀ, ਤੇ ਜੇ ਹਾਂ ਜੇ ਆਪਾਂ ਉਹਨਾਂ ਦੀ ਮਤਲਬ ਇੱਕ ਟਰੈਵਲਿੰਗ ਨੂੰ ਵੀ ਆਪਾਂ ਮੁੱਖ ਰੱਖ ਕੇ ਚੱਲੀਏ ਤਾਂ ਆਪਾਂ ਬਹੁਤ ਕੁਝ ਦੇਖ ਸਕਦੇ ਹਾਂ। ਬਿਲਕੁਲ, ਦੁਨੀਆਦਾਰੀ ਦਾ ਪਤਾ ਲੱਗਦਾ ਵੀਰੇ, ਸਭ ਤੋਂ ਵੱਡੀ ਗੱਲ ਇਹ ਆ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ ਤੇ ਬੜੇ ਗੁਰਸਿੱਖ ਤੇ ਬੜੇ ਮਨਮੁੱਖ ਲੋਕ, ਹਰ ਤਰ੍ਹਾਂ ਦਾ ਬੰਦਾ ਮਿਲਦਾ ਸਾਨੂੰ। ਬਿਲਕੁਲ ਸਹੀ, ਤੇ ਚੰਗਾ ਕੁਝ ਸਿੱਖਣ ਨੂੰ ਮਿਲਦਾ ਵਾ। ਸੋ ਬਹੁਤ ਵੀਰੇ ਧੰਨਵਾਦ ਤੁਹਾਡਾ, ਚੰਗਾ ਲੱਗਿਆ ਮਿਲ ਕੇ ਵੀਰੇ। ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਵੀਰੇ, ਥੈਂਕ ਯੂ ਜੀ। ਸੋ ਆਪਣੇ ਚੈਨਲ ਨੂੰ ਸਭ ਨੇ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ। ਤੁਹਾਨੂੰ ਇੱਧਰ ਦੇ ਭਰਾਵਾਂ ਦੇ ਦਰਸ਼ਨ ਕਰਾਉਂਦੇ ਰਹਾਂਗੇ ਜ਼ਰੂਰ ਜੀ ਹਰ ਚੈਨਲ 'ਚੋਂ। ਆਹ ਰਸਤਿਆਂ ਦੀ ਜਿਹੜੀ ਜੰਨਤ ਨਾ, ਇਹ ਨਜ਼ਾਰਾ ਨਾ ਪਿੰਡ ਰਹਿ ਕੇ ਨਹੀਂ ਆਉਣਾ ਸੀਗਾ, ਪਿੰਡ ਤਾਂ ਉਹੀ ਟੈਨਸ਼ਨਾਂ ਵਿੱਚ ਰਹੇ, ਟੈਨਸ਼ਨਾਂ ਰੋਜ਼ ਲੈਂਦੇ ਸੀਗੇ। ਆਹ ਨਜ਼ਾਰਾ ਜ਼ਿੰਦਗੀ ਦਾ, ਆਹ ਦੇਖੋ ਤੁਸੀਂ ਸਾਰੇ ਜੰਗਲ, ਐ ਘੈਂਟ ਆ ਨਜ਼ਾਰਾ, ਫੀਲਿੰਗ ਔਸਮ ਆ ਰਹੀ ਇੱਥੇ, ਘੈਂਟ ਫੀਲਿੰਗ। ਮੋਰ ਬਹੁਤ ਆ ਇਸ ਏਰੀਏ 'ਚੋਂ, ਇਹ ਮਾਛੇੜਾ ਸਾਹਿਬ ਦਾ ਏਰੀਆ। ਹੁਣ ਅਸੀਂ ਚਮਕੌਰ ਸਾਹਿਬ ਨੂੰ ਜਾ ਰਹੇ ਹਾਂ ਅਤੇ ਸਹਿਜੋ ਮਾਜਰਾ ਪਿੰਡ ਦੇ ਨਜ਼ਦੀਕ ਇਹ ਜੰਗਲ, ਅਤੇ ਇੱਥੇ ਮੋਰ ਬਹੁਤ ਆ ਅਤੇ ਤੁਹਾਨੂੰ ਹੋ ਸਕਦਾ ਮੈਂ ਵੀਡੀਓ 'ਚ ਦਿਖਾਵਾਂ ਵੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਆ ਗੁਰਦੁਆਰਾ ਸਾਹਿਬ ਝਾੜ ਸਾਹਿਬ। ਸੋ ਇਸ ਸਥਾਨ 'ਤੇ 1704 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਹਰ ਨਿਕਲੇ ਅਤੇ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਕਿ ਗੁਰੂ ਸਾਹਿਬ ਤੁਸੀਂ ਇੱਥੋਂ ਚੱਲ ਜਾਓ, ਤਾਂ ਗੁਰੂ ਸਾਹਿਬ ਉੱਥੋਂ ਜਦੋਂ ਨਿਕਲੇ ਸੀ ਤਾਂ ਮਹਾਰਾਜ ਜੀ ਇਸ ਸਥਾਨ 'ਤੇ ਪਹਿਲਾਂ ਪਹੁੰਚੇ ਸੀ। ਇਸ ਸਥਾਨ 'ਤੇ ਆ ਕੇ ਗੁਰੂ ਮਹਾਰਾਜ ਨੇ ਇੱਥੇ ਝਾੜੀ ਸੀ, ਉਹਦੇ ਥੱਲੇ ਆ ਕੇ ਵਿਸ਼ਰਾਮ ਕੀਤਾ ਸੀ। ਉਸ ਸਮੇਂ ਤੋਂ ਹੀ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਸਾਹਿਬ ਝਾੜ ਸਾਹਿਬ ਪਿਆ ਵਾ। ਅਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਵਾ ਇਹ ਚਮਕੌਰ ਸਾਹਿਬ ਤੋਂ ਔਰਲੀ ਸਾਈਡ ਤੋਂ ਹੀ 7 ਕਿਲੋਮੀਟਰ ਪਿੱਛੇ ਆ, ਅਤੇ ਇਸ ਤੋਂ ਅੱਗੇ ਚਮਕੌਰ ਸਾਹਿਬ ਆ। ਅਤੇ ਸੋ ਸਭ ਸਾਰੀਆਂ ਦਰਸ਼ਨ ਜ਼ਰੂਰ ਦਰਸ਼ਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਫਲਵੰਤ ਸਿੰਘ ਜੀ ਨੇ ਇਹਨਾਂ ਦੇ ਇਤਿਹਾਸ ਬਾਰੇ ਦੱਸਿਆ ਹੀ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਇਸ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਗੁਰੂ ਫਤਿਹ ਜੀ। ਹੁਣ ਆਪਾਂ ਪਹੁੰਚ ਗਏ ਚਮਕੌਰ ਸਾਹਿਬ, ਤੁਸੀਂ ਦੇਖ ਸਕਦੇ ਹੋ ਸੰਗਤਾਂ ਦਰਸ਼ਨ ਕਰਨ ਲਈ ਪਹੁੰਚ ਰਹੀਆਂ, ਇੱਧਰ ਆਪਾਂ ਪ੍ਰਸ਼ਾਦ ਲੈ ਸਕਦੇ ਹਾਂ। ਅਤੇ ਆਹ ਵਾ ਜਿੱਥੇ ਗੁਰੂ ਦੇ ਲਾਲ ਸ਼ਹੀਦ ਹੋਏ ਸੀ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ। ਇੱਥੋਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹਾਂ। ਅੰਦਰ ਜਾਣ ਲਈ ਬਾਦਸ਼ਾਹ ਦਰਵੇਸ਼, ਮੇਰੇ ਪਿਆਰੇ।
ਦਰਸ਼ਨ ਚਮਕੌਰ ਸਾਹਿਬ ਉਹ ਗੜੀ ਦਾ ਚਮਕੌਰ ਸਾਹਿਬ ਦੀ ਗੜੀ ਜਿੱਥੇ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਕਰੋ ਦਰਸ਼ਨ ਵਾਹਿਗੁਰੂ ਵਾਹਿਗੁਰੂ।